हेलो। हाँ जी, हाँ जी, जय साहब। हाँ जी, लाइन में सच्चैन बोल रहा जी। आज तुसी फोन किया सी जी। अच्छा, पंजाब दे मुख्यमंत्री कैप्टन अमरिंदर सिंह जी ने की किया? अच्छा, 2021 दा जेड़ा छुट्टियां वाला कैलेंडर है पंजाब सरकार वाला, भारत सरकार, अच्छा पंजाब सरकार वाला, हाँ, वो रिलीज किया है। ओ वेरी गुड जी, वेरी गुड। पर जय साहब, ਤੁਸੀਂ ਕਹੋਗੇ ਜੀ ਲਾਈਨਮੈਨ ਜ਼ਿਆਦਾ ਬੋਲਦਾ। ਵੈਸੇ ਮੈਨੂੰ ਇੱਕ ਗੱਲ ਖਟਕਦੀ ਹੈ ਜੀ। ਹਾਂ, ਮੈਨੂੰ ਆਏ ਲੱਗਦਾ ਵੀ ਕੈਪਟਨ ਸਾਹਿਬ ਨੂੰ ਛੁੱਟੀਆਂ ਦੱਸਣ ਵਾਲਾ ਕੈਲੰਡਰ ਛਪਾਉਣ ਦੀ ਜ਼ਰੂਰਤ ਹੈ ਨਹੀਂ ਜੀ। ਕੈਪਟਨ ਸਾਹਿਬ ਨੂੰ ਤਾਂ ਹੁਣ ਉਹ ਕੈਲੰਡਰ ਛਪਾਉਣਾ ਚਾਹੀਦਾ ਜਿਹਦੇ 'ਚ ਦੱਸਿਆ ਹੋਵੇ ਵੀ ਲੋਕਾਂ ਨੇ ਕਿਹੜੇ ਕਿਹੜੇ ਦਿਨ ਕੰਮ ਤੇ ਜਾਣਾ। ਹਾਂ ਜੀ, ਹਾਂ ਜੀ, ਹਾਂ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ, ਹੁਣ ਕਰੋਨੇ ਦਾ ਕੋਈ ਟਾਈਮ ਹੀ ਹੈ ਨਹੀਂ ਨਾ ਜੀ ਪੰਜਾਬ 'ਚ, ਖਾਸ ਕਰਕੇ ਕਦੇ ਦੇਖ ਲਓ ਜੀ, ਇਹ ਸ਼ਨੀਵਾਰ ਆ ਜਾਂਦਾ ਜੀ, ਕਦੇ ਐਤਵਾਰ ਆ ਜਾਂਦਾ ਜੀ, ਕਦੇ ਰਾਤ ਨੂੰ ਆ ਜਾਂਦਾ ਜੀ, ਕਦੇ ਸਵੇਰੇ ਆ ਜਾਂਦਾ ਜੀ। ਹਾਂ ਜੀ, ਹਾਂ ਜੀ, ਬਾਕੀ ਸਾਡੇ ਵਰਗੇ ਜਿਹੜੇ ਆ ਪ੍ਰਾਈਵੇਟ ਜੌਬਾਂ ਵਾਲੇ ਆ ਜੀ, ਇਹਨਾਂ ਦੀ ਤਾਂ ਸਾਰਾ ਸਾਲ ਹੀ ਛੁੱਟੀਆਂ ਰਹੀਆਂ ਜੀ। ਆਈਲੈਟਸ ਸੈਂਟਰ ਚੱਲੀ ਜਾਂਦੇ ਆ ਜੀ, ਆ ਸਕੂਲ ਦੇਖ ਲਓ ਹਲੇ ਤੱਕ ਬੰਦ ਪਏ ਆ, ਟਾਈਮ ਹੈ ਨਹੀਂ ਜੀ ਕਰੋਨੇ ਦਾ। ਹਾਂ ਜੀ, ਹਾਂ ਜੀ, ਬਾਕੀ ਇਹ ਵੀ ਗੱਲ ਪੱਕੀ ਆ ਜੀ ਸਾਹਿਬ, ਜਦੋਂ 2022 ਦਾ ਕੈਲੰਡਰ ਛਾਪਣਾ ਜੀ, ਮੈਨੂੰ ਲੱਗਦਾ ਵੀ ਉਦੋਂ ਆ ਪ੍ਰਾਈਵੇਟ ਸੈਕਟਰ ਵਾਲੇ, ਆ ਨੌਕਰੀਆਂ ਵਾਲੇ, ਆ ਕਿਸਾਨ, ਇਹ ਕਰਨਗੇ ਫੈਸਲਾ ਵੀ ਕਿਹੜੀ ਕਿਹੜੀ ਪਾਰਟੀ ਦੀ ਇਹ ਕੈਲੰਡਰ 'ਚ ਛੁੱਟੀ ਪੱਕੀ ਓ ਕਰਨੀ ਹੈ। ਹਾਂ, ਜਿਹੜੇ ਕਹਿੰਦੇ ਸੀ ਬਸ ਐਤਕੀ ਵੋਟਾਂ ਪਾ ਕੇ ਸਾਨੂੰ ਜਿਤਾ ਦਿਓ, ਇਹ ਸਾਡਾ ਆਖਰੀ ਇਲੈਕਸ਼ਨ ਹੈ। ਚੰਗਾ ਬਾਏ।